ਪੰਜਾਬ ਵੈਦਾਰਾ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਬਾਦ ਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਤੇ ਵੱਲ ਕਿਸਾਨਾਂ ਅੰਦੋਲਨ ਦੀ ਦੂਸਰੀ ਬਰੇਗੰਡ ਮੌਕੇ ਰੇਲਾ ਰੋਕਣ ਦਾ ਐਲਾਨ ਜੀ ਹਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਤੇ ਕਿਸਾਨ ਅੰਦੋਲਨ ਦੇ ਸਮੇਂ ਮੰਨੀਆਂ ਮੰਗਾ ਪੂਰੀਆਂ ਨਾ ਕਰਕੇ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਹੈ ਤੇ ਚੰਡੀਗੜ੍ਹ ਦੇ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਸਾਰੇ ਮੁਕਾਦਮੇ ਰੱਦ ਕਰਨ ਦਾ ਭਰੋਸਾ ਦਿੱਤਾ ਹੀ ਪਰ 1 ਸਾਲ ਬੀਤਣ ਦੇ ਬਾਵਜੂਦ ਤੱਕ ਕਿਸਾਨਾਂ ਦੇ ਖਿਲਾਫ ਮਾਮਲੇ ਰੱਦ ਨਹੀਂ ਕੀਤੇ ਗਏ ਹਨ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਵੱਲੋਂ ਹੋਰਨਾਂ ਮੰਗਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਸ਼੍ਰੀ ਚੜੂਨੀ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੁੱਧ 24 ਨਵੰਬਰ ਨੂੰ ਕਿਸਾਨਾਂ ਅੰਦੋਲਨ ਦੀ ਦੂਜੀ ਬਰੇਗੰਡ ਮੌਕੇ ਅੰਮ੍ਰਾਲਾ ਦੇ ਮੋਹੜਾ ਮੰਡੀ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਤੇ ਅਦੇ ਬਾਵਜੂਦ ਜੇਕਰ ਕਿਸਾਨਾਂ ਦੇ ਖਿਲਾਫ ਦਰਜ ਕੇਸ ਰੱਦ ਨਾ ਕੀਤੇ ਗਿਆ ਤਾਂ ਇਹ ਅੰਦੋਲਨ ਅਣਮਿੱਥੇ ਸਮੇਂ ਦੇ ਲਈ ਜਾਰੀ ਰੱਖਿਆ ਜਾਵੇਗਾ ਤੇ ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਨੇ ਘਟੂ ਘਟ ਸਮਰਥਨ ਮੁੱਲ ਤੇ ਕਾਨੂੰਨੀ ਗਾਰੰਟੀ ਦੇਣ ਲਈ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਹੀ ਪਰ ਉਸ ਤੇ ਸਹੀ ਢੰਗ ਦੇ ਨਾਲ ਕੋਈ ਕੰਮ ਨਹੀਂ ਹੋ ਰਿਹਾ। ਇਹਦੇ ਨਾਲ ਹੀ ਲਖੀਮਪੁਰ ਖੇਰੀ ਮਾਮਲੇ ਦੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਨਹੀਂ ਹੋ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਕਿਸਾਨਾਂ ਦੇ ਖਿਲਾਫ ਪਰਾਲੀ ਸਾੜਨ ਤੇ ਕੇਸ ਦਾ ਦਰਜ ਕਰਨ ਵਿੱਚ ਲੱਗੀ ਹੋਈ ਹੈ ਜਦੋਂ ਕਿ ਪਰਾਲੀ ਦੇ ਹੱਲ ਦੇ ਲਈ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਸਨ। ਪਾਕਿਸਤਾਨ ਵਿੱਚ Imran Khan ਤੇ ਕਾਤਲਾਨਾ ਹਮਲਾ ਗੋਲੀ ਲੱਗਣ ਦੇ ਕਾਰਨ ਜ਼ਖਮੀ ਤਾਂ ਦੋਸਤੋ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਦੇ ਰੈਲੀ ਦੇ ਵਿੱਚ ਉਹਨਾਂ ਤੇ ਗੋਲੀਬਾਰੀ ਕੀਤੀ ਗਈ ਤੇ ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਗੋਲਾਬਾਰੀ ਦੇ ਵਿੱਚ Imran ਸਮੇਤ ਘੱਟੋ ਘੱਟ 4 ਲੋਕ ਜ਼ਖਮੀ ਹੋ ਗਏ ਹਨ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ Dawn News TV ਨੇ ਦੱਸਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਵਜ਼ੀਰਾਬਾਦ ਤੇ ਅੱਲਾਹੂ ਚੌਕ ਨੇੜੇ ਪੀਟਿਆ ਈ ਆ ਪ੍ਰਧਾਨ ਮੰਤਰੀ ਆ ਇਮਰਾਨ ਖਾਨ ਦੇ ਕੰਟੇਨਰ ਤੇ ਆ ਗੋਲਾਬਾਰੀ ਕੀਤੀ ਹੈ ਹਾਲਾਂਕਿ ਇਮਰਾਨ ਖਾਨ ਇਸ ਹਮਲੇ ਦੇ ਵਿੱਚ ਬਾਲ ਬਾਲ ਬੱਜ ਗਏ ਹੰਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਉਹਨਾਂ ਦੇ ਸੱਜੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਮੂਸੇਵਾਲਾ ਕਤਲ ਕੇਸ ਮੰਕੀਰਾ ਤੌਲਕ ਤੇ ਦਲਪ੍ਰੀਤ ਢਿੱਲੋਂ ਤੋਂ ਐਨਆਈਏ ਨੇ ਕਿਤੇ ਪੁੱਛ ਗਿਆ ਚਾ ਬਿਸ਼ਨੋਈ ਗੈਂਗ ਦੇ ਨਾਲ ਸਬੰਧ ਹੁੰਦਾ ਸ਼ੱਕ ਹੈ ਜੀहां ਦੋਸਤੋ ਪੰਜਾਬੀ ਗਾਇਕ ਸੁਦਮੂਸੇਵਾਲਾ ਕਤਲ ਕੇ ਹਿੱਤੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਸੇ ਘੜੀ ਦੇ ਵਿੱਚ ਵੀਰਵਾਰ ਨੂੰ ਐਨਆਈਐਨ ਪੰਜਾਬ ਦੇ ਦੋ ਚੋਟੀ ਦੇ ਪੰਜਾਬੀ ਗਾਇਕਾਂ ਤੋਂ ਪੁੱਛਗਿੱਛ ਕੀਤੀ ਅਤੇ ਗਾਇਕਾਂ ਦਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ ਐਨਆਈਐਨ ਦਿੱਲੀ ਹੈੱਡਕੁਆਟਰ ਤੇ ਕਈ ਘੰਟੇ ਪੁੱਛਗਿੱਛ ਕੀਤੀਆਂ ਦੱਸਦੇ ਕਿ ਮਨਕੀਰਤ ਔਲਖ ਅਤੇ ਢਿੱਲੋਂ ਦੇ ਗੈਂਗਸਟਰ ਲਾਰੈਂਸ ਬਸ਼ਨੋਈ ਦੇ ਨਾਲ ਸਬੰਧ ਪਹਿਲਾਂ ਵੀ ਸਾਹਮਣੇ ਆ ਰਹੇ ਹਨ ਤੇ ਜਿਸ ਤੋਂ ਬਾਅਦ ਬੰਬੀਹਾ ਗੈਂਗ ਮੂਸੇਵਾਲਾ ਕਾਂਡ ਤੋਂ ਆ ਬਾਅਦ ਗਾਇਕਾ ਮਨਕੀਰਤ ਔਲਖ ਨੂੰ ਧਮਕੀਆਂ ਆ ਜਿੱਤਾਂ ਗਾਇਕਾਂ ਸੰਤੇ ਪਹੁੰਚ ਗਏ ਉਸ ਤੋਂ ਬਾਅਦ ਦੂਮੇ ਗਾਇਕਾਂ ਨੂੰ ਸ਼ਾਮਲ ਦਿੱਤਾ ਗਿਆ ਹਾਲਾਂਕਿ ਲੋੜ ਪੈਣ ਤੇ ਦੂਮਾ ਪੰਜਾਬੀ ਗਾਇਕਾਂ ਨੂੰ ਪਹੁੰਚ ਗਏ ਦੇ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ ਪਹੁੰਚ ਗਏ ਦੇ ਦੌਰਾਨ ਦੂਮਾ ਗਾਇਕਾਂ ਐਲਬਮ ਬਾਰੇ ਤੇ ਹੋਰ ਕਈ ਜਾਣਕਾਰੀਆਂ ਵੀ ਮੰਗਾ ਗੀਆਂ ਹਨ ਤੇ ਹਾਲ ਹੀ ਦੇ ਵਿੱਚ ਉਹਦੋਂ ਬੱਕ ਬੱਕ ਆ ਦਿਨਾਂ ਤੇ ਐਨਆਈਏ ਦੇ ਵੱਲੋਂ ਦੂਮਾ ਪੰਜਾਬੀ ਗਾਇਕਾਂ ਤੋਂ ਇਹ ਅਹਿਮ ਪਹੁੰਚ ਗਏ ਚ ਕੀਤੀ ਗਈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਐਨਆਈਏ ਪੰਜਾਬੀ ਗਾਇਕਾ ਅਫਸਾਨਾ ਖੈਨ ਤੋਂ ਵੀ ਪਹੁੰਚ ਗਏ ਛੱਕਰ ਚੁੱਕੀ ਹੈ ਪੰਜਾਬ ਸਰਕਾਰ ਦਾ ਵਿਧਾਇਕ ਦਲਵੀਰ ਸਿੰਘ ਤੋਗਾ ਪਗੌੜਾ ਕਰਾਰਤਾ ਦੋਸਤੋ ਆ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਦੇ ਵਿਧਾਇਕ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਆਪ ਵਿਧਾਇਕ ਦਲਵੀਰ ਸਿੰਘ ਤੋਗ ਨੂੰ ਅਦਾਲਤ ਨੇ ਪਗੌੜਾ ਐਲਾਨ ਕਰ ਦਿੱਤਾ ਹੈ ਤੇ ਇਨਾ ਹੀ ਨਹੀਂ ਮੁਦਾਇਕਾ ਦਲਵੀਰ ਸਿੰਘ ਤੁਗਦੇ ਚੱਲ ਅਚਲ ਜਾਇਦਾਦ ਵੀ ਕੁਰਕ ਕਰਨ ਦੇ ਹੁਕਮ ਜਾਰੀ ਕੀਤੇ ਗਏ ਤਾਂ ਇਹ ਫੈਸਲਾ ਵਿਧੇਕ ਚੀਫ ਜੁਡੀਸ਼ੀਅਲ ਮੈਜਿਸਟਰੇਟ ਅਬਗੀਚਾ ਸੰਗਠੀ ਅਦਾਲਤਾਂ ਨੇ ਦਲਵੀਰ ਸਿੰਘ ਤੁਗਦੇ ਵਿਰੁੱਧ ਸੁਨਾਇਆ ਹੈ ਦੱਸਦੀ ਹੈ ਕਿ ਇਹ ਫੈਸਲਾ ਜ਼ਹਿਰੀਲੀ ਸ਼ਰਾਬ ਦੇ ਕਾਰਨ ਹੋਈਆਂ ਮੌਤਾਂ ਦੇ ਖਿਲਾਫ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਕਰੋਨਾ ਦੌਰਾਨ ਅਣਮੈਥੇ ਸਮੇਦ ਲਈ ਦਿੱਤੇ ਜਾ ਰਹੇ ਧਾਰਨੇ ਦੇ ਸਬੰਧਿਤ ਵਿੱਚ ਚੱਲ ਰਹੇ ਮਾਮਲੇ ਦੇ ਵਿੱਚ ਦਿੱਤਾ ਗਿਆ ਤੇ ਨਾਲ ਹੀ ਅਦਾਲਤ ਨੇ ਸਥਾਨਕ ਪੁਲਿਸ ਨੂੰ ਹਤਕ ਦੇ ਵਿਰੁੱਧ ਐਫਆਈਆਰ ਦਰਜ ਕਰਨ ਤੇ ਉਹਦੇ ਚੱਲ ਅਚੱਲ ਜਾਇਦਾਦ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਹੈ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਗੈਰ ਜਮਾਨਤ ਤੇ ਬਰੰਟਾ ਜਾਰੀ ਜੀਹਾਂ ਦੋਸਤੋ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਅਦਾਲਤ ਨੇ ਗੈਰ ਜਮਾਨਤ ਤੇ ਬਰੰਟਾ ਜਾਰੀ ਕੀਤੇ ਹਨ ਤੇ ਇਹ ਬਰੰਟਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦੇ ਥਾਣਾ ਬਿਆਸ ਵਿਖੇ 2 ਜੁਲਾਈ 2021 ਨੂੰ ਕੋਵਿਡ ਐ ਨਿਯਮਾਂ ਦੀ ਉਲੰਘਣਾ ਅਤੇ ਮਾਈਨਿੰਗ ਠੇਕੇਦਾਰ ਦੇ ਸਟਾਫ ਨੂੰ ਧਮਕਾਉਣ ਦੇ ਦੋਸ਼ਾਂ ਦੇ ਤਹਿਤ ਜਾਰੀ ਕੀਤੇ ਗਏ ਹਨ ਤੇ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਆਕਾਲੀ ਦਲ ਦੇ ਸੀਨਰ ਆਗੂ ਬਰਸਾ ਸਿੰਘ ਬਲਟੂ ਹੜੇ ਖਿਲਾਫ ਵੀ ਗੈਰਜਮਾਨ ਤੇ ਬਰਾਂਟ ਜਾਰੀ ਕੀਤੇ ਗਏ ਹਨ ਤੇ ਇਹ ਬਰਾਂਟ ਅਮਰitsar ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤੇ ਹਨ ਤੇ ਅਕਾਲੀ ਆਗੂਆਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ ਤਾਂ ਦੋਸਤੋ ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਤੇ ਚੋਣ ਕਮਿਸ਼ਨ ਨੇ ਦੁਪਹਿਰ 12:00 ਵਜੇ ਪ੍ਰੈਸ ਕਾਨਫਰੰਸ ਕਰਕੇ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਹੈ ਤੇ ਗੁਜਰਾਤ ਦੇ ਵਿੱਚ ਦੋ ਅਗੇੜ ਬੈਚ ਚ ਹੋਵੇਗੀ VOTING ਆ 1 ਅਤੇ 5 ਦਸੰਬਰ ਨੂੰ ਪਹਿਨ ਗਿਆਂ ਵੋਟਾ 8 ਦਸੰਬਰ ਨੂੰ ਹੋਵੇਗਾ ਨਤੀਜਾ ਦਾ ਐਲਾਨ ਦੱਸ ਦਿੱਕਿ ਆ ਗੁਜਰਾਤ ਦੇ ਵਿੱਚ ਵਿਧਾਨ ਸਭਾ ਵਿੱਚ 182 ਸੀਟਾਂ ਹਾਂ ਤੇ 2017 ਦੇ ਵਿੱਚ ਗੁਜਰਾਤ ਵਿਧਾਨ ਸਭਾ ਦੇ ਅਨੁਸਾਰਆਂ 182 ਸੀਟਾਂ ਦੇ ਨਤੀਜੇ ਦੇ ਐਲਾਨ ਤੋਂ ਬਾਅਦ ਪਾਇ ਪਾ ਨੇ 99 ਸੀਟਾਂ ਦੇ ਨਾਲ ਬਹੁਮਤ ਆਂਕੜਾ ਆਪਾਰ ਕਰ ਲੈ ਹਿੱਤੇ ਜਰਕੇ ਕਾਂਗਰਸ ਨੂੰ 80 ਸੀਟਾਂ ਮਿਲੀਆਂ ਸੀ ਜੇਕਰ ਦੋਮਾਂ ਦੇ ਵਿਚਾਲੇ ਫਰਕ ਦੇਖਿਆ ਜਾਵੇ ਤਾਂ ਸਿਰਫ 19 ਸੀਟਾਂ ਦੇ ਅਸਤੇ ਇਸ ਨੂੰ ਸਖਤ ਮੁਕਾਬਲਾ ਕਿਹਾ ਜਾ ਸਕਦਾ ਹੈ ਅਮਰਿਤਪਾਲ ਸਿੰਘ ਦਾ ਬਿਆਨ ਕਿਹਾ ਮੈਂ ਨੌਜਵਾਨਾਂ ਨੂੰ ਪੜ੍ਹਾ ਰਿਹਾ ਮੈਂ ਚਾਹੁੰਦਾ ਹਾਂ ਕਿ ਨੌਜਵਾਨ ਪੜਕਣਾ ਤਾਂ ਦੋਸਤੋ ਖੜ ਬਿਖੇ ਪੁੱਜੇ ਬਾਰਸਾ ਪੰਜਾਬ ਜਥੇਬੰਦੀ ਦੇ ਅਗੂ ਅਮਰਿਤਪਾਲ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਨੇ ਕਹਿ ਕੇ ਮੈਂ ਨੌਜਵਾਨਾਂ ਨੂੰ ਪੜ੍ਹਾ ਰਿਆ ਤੇ ਮੈਂ ਚਾਹੁੰਦਾ ਹਾਂ ਕਿ ਨੌਜਵਾਨ ਪੜਕਣਾ ਤੇ ਪੜਕ ਕੇ ਗੁਲਾਮੀ ਦੀ ਪਛਾਣ ਕਰਨਾ ਤੇ ਉਹਨਾਂ ਨੇ ਕਹਿ ਕੇ ਪੁਲਿਸ ਇਨਾਂ ਨੂੰ ਰੋਕੇ ਨਾ ਅਸੀਂ ਖੁਦ ਹੀ ਇਹਨਾਂ ਦਾ ਇਲਾਜ ਕਰ ਦੇਵਾਂਗੇ ਤੇ ਇਸ ਦੇ ਨਾਲ ਹੀ ਅਮਰਤਪਾਲ ਸਿੰਘ ਨੇ ਵਾਲ ਕਟ ਬਵਣਨ ਤੇ ਜਿੰਨਾ ਪਉਣ ਵਾਲੇ ਤੇ ਵੀ ਸਵਾਲ ਚੁੱਕੇ ਹਨ ਤੇ ਨੋਇ ਬਣ ਦਿੱਲੀ ਪਿੱਛੇ ਲੱਗ ਕੇ ਵਾਲ ਕਟ ਬਾਰੇ ਹਨ ਤੇ ਮੇਰੀ ਨੋਇ ਬਨ ਨੂੰ ਪੀਲ ਲੈ ਕੇ ਰਾਜ ਖਾਲਸਾ ਦਾ ਉਦੋਂ ਆਉਣਾ ਹੈ ਜਦੋਂ ਅਸੀਂ ਖਾਲਸੇ ਬਣ ਗਏ ਸੀਐਮ ਮਾਨ ਨੇ ਸਮਰਾਲਾ ਦੇ ਤਹਿਸੀਲਾ ਦਫ਼ਤਰ ਦੇ ਵਿੱਚ ਮਾਰਿਆ ਛਾਪਾ ਰਸ਼ਬਤ ਖੂਰਾਂ ਤੇ ਅਨਾਥਪੌਂਦਾ ਆ ਵਾਦਾਤਾ ਦੋਸਤੋ ਮੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਸਮਰਾਲਾ ਵਿਖੇ ਤਹਿਸੀਲਾ ਦਫ਼ਤਰ ਅਤੇ ਸੁਵਿਧਾ ਸੈਂਟਰ ਦੇ ਅਚੰਚੇਤ ਚੈਕਿੰਗ ਕਰਨ ਪਹੁੰਚੇ ਸਨ। ਇਹਦਰਾਣ ਮੱਖ ਮੰਤਰੀ ਮਾਨ ਨੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਮੱਖ ਮੰਤਰੀ ਨੇ ਲੋਕਾਂ ਨੂੰ ਮੁਖਾਤਬਾ ਹੁੰਦਿਆਂ ਕਿਹਾ ਹੈ ਕਿ ਮੈਂ ਤੁਹਾਨੂੰ ਅਪੀਲ ਕਰਦਾ ਕਿ ਜੇਕਰ ਕੋਈ ਵੀ ਤੁਹਾਡੇ ਕੋਲੋਂ ਰੈਸ਼ਵਤ ਮੰਗਦਾ ਹੈ ਤਾਂ ਤੁਰੰਤ ਸਾਨੂੰ ਦੱਸੋ। ਅਜਾਹੇ ਰੈਸ਼ਵਤ ਕੁਰਨ ਖਿਲਾਫ ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਸ਼ਾਸਨ ਨੂੰ ਭ੍ਰਸ਼ਟਾਚਾਰ ਤੋਂ ਮੁਕੰਮਲ ਤੌਰ ਦੇ ਉਤੇ ਮੁਕਤੇ ਕਰਨਾ ਜਿ ਕਿੰਨੀ ਬਣਾਇਆ ਜਾਵੇਗਾ ਤੇ ਇਸ ਮੌਕੇ ਪ੍ਰਾਲੀ ਦੇ ਮੁੱਦੇ ਤੇ ਗੱਲਬਾਤ ਕਰਦਿਆਂ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਪ੍ਰਾਲੀ ਸਾੜਨ ਦੇ ਮੁੱਦੇ ਤੇ ਸਿਆਸਤਕ ਕਾਰੀਆ ਪਰ ਗੱਲ ਤਾਂ ਇਹ ਹੈ ਕਿ ਹਰਿਆਣ ਦੇ ਕਈ ਸ਼ਰਨ ਦੇ ਵਿੱਚ ਇਹ ਕਿਉਂ ਆਈ ਸਭ ਤੋਂ ਵੱਧ ਹੈ ਤੇ ਮਾਨ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਬੰਨ੍ਹਦਿਆਂ ਕਿਹਾ ਕਿ ਜਦੋਂ ਸੈਂਟਰ ਸਰਕਾਰ ਨੇ ਕਿਸੇ ਮੁੱਦੇ ਤੋਂ ਪਿੱਛਾ ਛੁੜਬੋਣਾ ਹੁੰਦਾ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਇਹ ਸੂਬਾ ਸਰਕਾਰ ਦਾ ਮਾਮਲਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਖੁਦ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਕਿਉਂਕਿ ਇਹ ਜ਼ਹਿਰੀਲਾ ਧੂਆਂ ਕਿਸੇ ਨੂੰ ਵੀ ਨਹੀਂ ਬਖਸ਼ਦਾ ਤੇ ਇਸ ਦੇ ਲਈ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਇਹ ਸਿਰਫ ਪੰਜਾਬ ਦਾ ਨਹੀਂ ਸਗੋਂ ਪੂਰੇ ਉੱਤਰੀ ਭਾਰਤ ਦਾ ਮੁੱਦਾ ਹੈ ਤੇ ਮਾਨ ਦਾ ਆ ਕਹਿਣਾ ਹੈ ਕਿ ਇਸ ਦੇ ਵਿੱਚ ਨਾ ਤਾਂ ਪੰਜਾਬ ਦਾ ਕਸੂਰ ਹੈ ਤੇ ਨਾ ਹੀ ਹਰਿਆਣਾ ਦੇ ਲੋਕਾਂ ਦਾ ਪਰਾਲੀ ਅੱਗ ਮਾਮਲੇ ਵਿੱਚ ਸਰਕਾਰ ਦੇ ਵੱਲੋਂ ਕਿਸਾਨਾਂ ਤੇ ਨੰਬਰਦਾਰਾਂ ਦੇ ਵਿੱਚ ੜੱਤਰਾਂ ਨਾ ਪੈਦਾ ਕਰਨ ਦੀ ਕੋਸ਼ਿਸ਼ ਹੈ ਜੀ ਹਾਂ ਦੋਸਤੋ ਆ ਪੰਜਾਬ ਸਰਕਾਰ ਦੇ ਲਈ ਸਰਦਾਰਦੀ ਬਣੇ ਚੁੰਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਭਾਵੇਂ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਚੁੰਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਆ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤੇ ਅੱਗ ਲਾਉਣ ਵਾਲੇ ਕਿਸਾਨਾਂ ਦੇ ਖਿਲਾਫ ਅਧਿਕਾਰੀਆਂ ਨੂੰ ਆਕਾਰਬਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਪਰ ਪੰਜਾਬ ਦੇ ਵਿੱਚ ਚੁੰਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੁਣ ਆ ਪੰਜਾਬ ਸਰਕਾਰ ਦੇ ਵੱਲੋਂ ਚੁੰਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੇ ਲਈ ਪਿੰਡ ਪੱਧਰ ਤੇ ਨੰਬਰਦਾਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਆ ਬਟੰਡਾ ਚੱਲੇ ਤੇ ਨੰਬਰਦਾਰ ਜੂਨੀਅਰ ਆ ਬਟੰਡਾ ਦੇ ਪ੍ਰਧਾਨ ਆ ਮਹਿਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਹਦਾਇਤਾਂ ਜੋ ਜਾਰੀ ਕੀਤੀਆਂ ਗਈਆਂ ਸੰਦੇ ਪਾਲਣਾ ਕਰਵਾਉਣ ਦੇ ਲਈ ਉਹਨਾਂ ਦੇ ਵੱਲੋਂ ਪਿੰਡ ਪੱਦਰ ਦੇ ਉੱਪਰ ਇੱਕ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਬੇਨਤੀ ਕੀਤੀ ਜਾ ਰਹੀ ਹੈ ਤੇ ਬਹੁਤੇ ਕਿਸਾਨ ਅੱਗ ਨੂੰ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਹਨ ਪਰ ਜਿੱਥੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਬਹਿਸਬਾਜੀ ਹੋ ਸਕਦੀ ਹੈ ਤਾਂ ਉੱਥੇ ਪ੍ਰਸ਼ਾਸਨ ਨੂੰ ਸੂਚਿਤ ਕਰਦੇ ਹਨ ਵਿਜੀਲੈਂਸ ਨੇ 15000 ਦੀ ਰੈਸ਼ਵਤ ਲੈਣ ਦੇ ਐਸਆਈ ਨੂੰ ਕੀਤਾ ਰंगे ਹੱਥੀ ਕਾਬੂ ਤਾਂ ਦੋਸਤੋ ਵਿਜੀਲੈਂਸ ਬਿਊਰੋ ਦੇ ਆ ਬੁਲਾਰਿਆਂ ਦੱਸਿਆ ਕਿ ਦੋਸ਼ੀ ਐਸਆਈ ਨੂੰ ਪ੍ਰਿਤਪਾਲ ਸੰਗਵਾਸੀ ਅ ਸੰਗਰੂਰ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਤੇ ਅਸਬੰਧ ਜਾਣਕਾਰੀ ਜਾਰੀ ਦੰਦਿਆਂ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਵਿਰੋਧ ਕੋਲ ਪਹੁੰਚ ਕੇ ਦੋਸ਼ ਲਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਉਹਦੇ ਦੋਸਤੋ ਗੁਰਪਿਆਰ ਸਿੰਘ ਨੂੰ ਧਮਕੀਆਂ ਦੇ ਕੇ ਉਹਦੇ ਖਿਲਾਫ ਜਬਰੀ ਵਸੂਲੀ ਦਾ ਕੇਸ ਦਾ ਦਰਜ ਕਰਨ ਦੇ ਲਈ 20000 ਰੁਪਏ ਦੀ ਰੈਸ਼ਵਤ ਅਦੇਂ ਦੇ ਮੰਗ ਕਰ ਰਿਹਾ ਹੈ ਗੁਜਰਾਤ ਵਿੱਚ ਸਰਕਾਰ ਬਣੀ ਤਾਂ 500 ਰੁਪਏ ਵਿੱਚ ਦੇਵਾਂਗੇ ਰਸੋਈ ਸਿਲੰਡਰਾ ਖੜ ਗਏ ਤਾਂ ਦੋਸਤੋ ਕਾਂਗਰਸ ਨੇ ਗੁਜਰਾਤ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਬਹੁਮਤ ਮੈਣ ਤੇ ਰਸੋਈ ਗੈਸ ਸਿਲੰਡਰਾਂ 500 ਰੁਪਏ ਵਿੱਚ ਦੇਵਾਂਗੇ ਤੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ ਤੇ ਮੁਫਤ ਵਿੱਚ ਬਿਜਲੀ ਦਿੱਤੀ ਜਾਵੇਗੀ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜ ਗਏ ਨੇ ਸੁਭਾ વિધાનસભા ਅ ਦੇ ਲਈ ਜਨਾਬੀ ਰੈਲੀਆਂ ਦੇ ਐਲਾਨ ਤੋਂ ਬਾਅਦ ਕਿਹਾ ਕਿ ਗੁਜਰਾਤ ਦੇ ਲੋਕ ਬਦਲਾ ਚਾਹੁੰਦੇ ਹਨ ਤੇ ਬੋਧਰਾ ਕਾਂਗਰਸ ਨੂੰ ਹੀ ਇੱਕੋ ਮਾਤਰ ਬਦਲਾ ਮੰਨਦੇ ਹਨ ਸੌਦਾ ਸਾਧ ਨੂੰ ਇਹਨਾਂ 8 ਸ਼ਰਤਾਂ ਦੇ ਤਹਿਤ ਮਿਲੀ ਪੈਰੋਲ ਜਾਣੋ ਕੀ ਕਹਿੰਦੇ ਹੈ ਸ਼ਰਤਾਂ ਵਾਲੇ ਨੋਟਿਸ ਦੀ ਕਾਪੀ ਜੀ ਆਹ ਦੋਸਤੋ ਜੈਨਸੀ ਉਸਨ ਅਤੇ ਹੱਤਿਆ ਦੇ ਮਾਮਲੇ ਵਿੱਚ ਜਿਲ੍ਹੇ ਵਿੱਚ ਬੰਦਾ ਡੇਰਾ ਸੱਚਾ ਸੌਦਾ ਮੁਖੀ ਸੌਦਾ ਸਾਧ ਦੇ ਪੈਰੋਲ ਦਾ ਹੁਕਮ ਸਾਹਮਣੇ ਹੈ ਤੇ ਰੂਤਕ ਦੇ ਡਿਵੀਜ਼ਨਲ ਕਮਿਸ਼ਨਰ ਨੇ ਹੁਕਮਾਂ ਦੇ ਵਿੱਚ ਪੈਰੋਲ ਦੇ ਲਈ 8 ਸ਼ਰਤਾਂ ਰੱਖਾਂ ਹਨ ਹਾਲਾਂਕਿ ਸੌਦਾ ਸਾਧ ਦੇ ਆਨਲਾਈਨ ਸਤ ਸੰਗ ਤੇ ਪਾਬੰਦੀ ਦਾ ਕੋਈ ਵੀ ਜ਼ਿਕਰ ਨਹੀਂ ਆ ਤੇ ਸੌਦਾ ਸਾਧ ਦੇ ਗੀਤ ਦੇ ਲੀਜਾ ਹੁੰਤੇ ਆ ਪਾਬੰਦੀ ਬਾਰੇ ਵੀ ਕੁਝ ਨਹੀਂ ਕਿਹਾ ਗਿਆ ਤੇ ਸੌਦਾ ਸਾਧ ਹਾਲ ਹੀ ਦੇ ਵਿੱਚ ਰੋਤਕ ਦੀ ਸਨਾਰੀਆ ਜੇਲ੍ਹ ਤੋਂ 40 ਦਿਨਾਂ ਦੀ ਪੈਰੋਲ ਤੇ ਬਾਹਰ ਆ ਤੇ ਡੇਰਾ ਮੁਕੇ ਇਸ ਸਮੇਂ ਉੱਤਰ ਪ੍ਰਦੇਸ਼ ਦੇ ਬਾਗਪਾਟਾ ਵਿੱਚ ਵਰਨਾਵਾ ਆਸ਼ਰਮ ਦੇ ਵਿੱਚ ਰਹਿ ਰਿਹਾ ਤੇ ਜਿੱਥੋਂ ਉਹ ਹਰ ਰੋਜ਼ ਆਨਲਾਈਨ ਸਤ ਸੰਗ ਰਾਹੀਂ ਹਰਿਆਣਾ ਪੰਜਾਬ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਕਈ ਰਾਜਾਂ ਦੇ ਵਿੱਚ ਆਪਣਾ ਸੰਗਤਾਂ ਨੂੰ ਪਰਵਚਨ ਦੇ ਰਿਹਾ ਹੈ। ਨੰਬਰ 1 ਤੇ ਸੌਦਾ ਸਾਧਾ ਪੈਰੋਲ ਦੇ ਦੌਰਾਨ ਬਗਪਤ ਆਸ਼ਰਮ ਨਹੀਂ ਛੱਡੇਗਾ। ਜਾਣ ਦੇ ਲਈ ਡੀਐਮ ਦੀ ਇਜਾਜ਼ਤ ਜ਼ਰੂਰੀ ਹੋਵੇਗੀ। ਨੰਬਰ 2 ਤੇ ਪੈਰੋਲਾ ਦੇ ਦੌਰਾਨ ਸੌਦਾ ਸਾਧ ਨੂੰ ਜਗਾ ਜਾਂ ਪ੍ਰੋਗਰਾਮ ਵਿੱਚ ਹਰ ਬਦਲਾਅ ਬਾਰੇ ਬਾਗਪਤ ਦੇ ਡੀਐਸਪੀ ਨੂੰ ਜਾਣਕਾਰੀ ਦੇਣੀ ਹੋਵੇਗੀ ਤੇ ਨੰਬਰ 3 ਤੇ ਡੇਰਾ ਮੁਕੀ ਨੂੰ ਜੇਲ੍ਹ ਦੇ ਬਾਹਰ ਪੂਰੀ ਤਰ੍ਹਾਂ ਦੇ ਨਾਲ ਹਾਂ ਸ਼ਾਂਤ ਰਹਿਣਾ ਪਵੇਗਾ ਤੇ ਇਸ ਦੇ ਨਾਲ ਹੀ ਉਸ ਨੂੰ ਦੂਜੇ ਲੋਕਾਂ ਦੇ ਨਾਲ ਵੀ ਚੰਗਾ ਵਿਵਹਾਰ ਕਰਨਾ ਪਵੇਗਾ। ਨੰਬਰ 4 ਤੇ ਪੈਰੋਲ ਦੀ ਮਿਆਦ ਦਾ ਖਤਮ ਹੁੰਤੇ ਅਸੌਦਾ ਸਾਧ ਖੁਦ ਰੂਤਕ ਦੇ ਸਨਾਰੀਆ ਜ਼ਿਲ੍ਹੇ ਦੇ ਜੇਲ੍ਹ ਸੁਪਰਡੈਂਟ ਦੇ ਸਾਹਮਣੇ ਆਤਮ ਸਮਰਪਣ ਕਰੇਗਾ। ਨੰਬਰ 5 ਤੇ ਸੌਦਾ ਸਾਧ ਪੈਰੋਲ ਤੇ ਰਿਹਾਈ ਤੋਂ ਪਹਿਲਾਂ ਡੀਐਮ ਦੇ ਲਈ ਭਾਂਡ ਪਰੇਗਾ ਤੇ ਨਾਲ ਹੀ ਉਹ ਸੁਰੱਖਿਆ ਦੇ ਲਈ 3 ਲੱਖ ਰੁਪਏ ਦੀਆਂ ਦੋ ਜ਼ਮਾਨਤਾਂ ਵੀ ਪੇਸ਼ ਕੀਤੀਆਂ ਜਾਣਗੀਆਂ। ਨੰਬਰ 6 ਤੇ ਜ਼ਮਾਨਤ ਆਧਾਰ ਦੀ ਦੁਬਾਲੀਆ ਹੁਣ ਜਾਂ ਮੌਤ ਹੁਣ ਦੀ ਸਥਿਤੀ ਦੇ ਵਿੱਚ ਹਰਿਆਣਾ ਸਰਕਾਰ ਕਈ ਦਿਨੋਂ ਤੁਰੰਤ ਨਵਾਂ ਬਾਂਡ ਜਮ੍ਹਾਂ ਕਰਨ ਦਾ ਆਦੇਸ਼ ਦੇਵੇਗੀ। ਨੰਬਰ 7 ਤੇ ਆ ਬਾਂਡ ਦੀ ਕਿਸੇ ਵੀ ਸ਼ਰਤ ਨੂੰ ਪੂਰਾ ਨਾ ਕਰਨ ਦੀ ਸੂਰਤ ਦੇ ਵਿੱਚ ਰਾਜ ਸਰਕਾਰ ਦੇ ਕੋਲ ਜਮ੍ਹਾਂ ਰਕਮ ਜ਼ਬਤ ਕਰ ਲਈ ਜਾਵੇਗੀ। ਨੰਬਰ 8 ਤੇ ਸੌਦਾ ਸਾਧ ਨੂੰ ਡੀਐਮ ਆ ਵਾਗਪਾਤ ਦੇ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਦੇ ਵਿੱਚ ਦਿੱਤੀਆਂ ਗਈਆਂ ਸ਼ਰਤਾਂ ਨੂੰ ਲੈ ਕੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੋਵੇਗਾ। 19 ਨਵੰਬਰ ਨੂੰ ਕਿਸਾਨ ਦੇ ਵੱਲੋਂ ਮਨਾਇਆ ਜਾਵੇਗਾ ਫਤਿਹ ਦਿਵਸਕ ਸਨ ਦੇ ਵੱਲੋਂ ਹੋਰ ਵੀ ਕਈ ਵੱਡੇ ਐਲਾਨ ਤਾਂ ਦੋਸਤੋ ਜ਼ਿਲ੍ਹਾ ਜਲੰਧਰ ਵਿਖੇ ਅੱਜ ਬទ ਕਿਸਾਨ ਜਥੇਬੰਗਾਂ ਦੀ ਅਹਿਮ ਮੀਟਿੰਗ ਹੋਈ ਅਤੇ ਇਸ ਮੀਟਿੰਗ ਦੇ ਵਿੱਚ ਪੰਜਾਬ ਦੀਆਂ ਅਲੱਗ-ਅਲੱਗ ਕਿਸਾਨ ਜਥੇਬੰਗਾਂ ਦੇ ਪੂਰੇ ਪੰਜਾਬ ਤੋਂ ਆਏ ਆਗੂਆਂ ਨੇ ਹਿੱਸਾ ਲਿਆ ਅਤੇ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੂਲਾਂ ਦੀ ਜਿੱਤ ਨੂੰ ਕਿਵੇਂ ਹਰ ਸਾਲ ਯਾਦ ਕਰਨਾ ਤੇ ਇਸ ਬਾਰੇ ਚਰਚਾ ਕੀਤੀ ਗਈ ਹੈ ਇਕਸਾਨਾਗਵਾਨ ਨੇ ਕਿਹਾ ਹੈ ਕਿ 19 ਨਵੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਫਤਿਹ ਦਿਵਸਾ ਦੇ ਰੂਪ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਉਹੀ ਦਹਿਣਾ ਜਦ ਮੋਰਚੇ ਦੇ ਵਿੱਚ ਡਟੇ ਕਿਸਾਨ ਕੋਲੋਂ ਮੁਆਫੀ ਮੰਗਦੇ ਹੋਏ ਦੇਖਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਲਈ ਬਣਾਏ ਗਏ ਤੰ ਅਕਾਲੇ ਕਾਨੂੰਨਾ ਵਾਪਸ ਲਏ ਸੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਇਸ ਜਤ ਦੇ ਕਾਰਨ ਇਸ ਦਿਨ ਨੂੰ ਫਾਤੇ ਡੈਪਸ ਰੂਬੇਚਾ ਮਨਾਇਆ ਜਾ ਰਿਹਾ ਤੇ ਉਹਨਾਂ ਦੇ ਮੁਤਾਬਕ ਇਸ ਦਿਨ ਪੂਰੇ ਪੰਜਾਬ ਦੇ ਵਿੱਚ ਰੌਸ਼ਨੀ ਕੀਤੀ ਜਾਵੇਗੀ ਤੇ ਜਗ੍ਹਾ-ਜਗ੍ਹਾ ਮੋਮਬੱਤੀਆਂ ਜਗਾਈਆਂ ਜਾਣਗੀਆਂ ਤੇ ਹਰ ਕੋਈ ਆਪਣੇ ਘਰ ਦੇ ਬਾਹਰ ਦੀਵੇ ਜਗਾਉਣਗੇ ਇਨਾਂ ਹੀ ਨਹੀਂ ਕਈ ਥਾਮਾ ਤੇ ਕੈਂਡਲ ਮਾਰਚ ਵੀ ਕੱਢੇ ਜਾਣਗੇ ਤੇ ਉਹਨਾਂ ਦਾ ਕਹਿਣਾ ਕਿ ਇਸ ਦਿਨ ਕਿਸਾਨਾਂ ਦੀ ਇੱਕ ਵੱਡੀ ਜੱਤ ਕਰਕੇ ਜੋ ਕੁਝ ਹੋਇਆ ਦੇਖਦੇ ਇਤਿਹਾਸ ਵਿੱਚ ਪਹਿਲੇ ਕਦੇ ਨਹੀਂ ਹੋਇਆ ਹੈ